ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਸਟਾਫ ਨਰਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਆ ਉਸ ਦੇ ਰਿਗਾਰਡਿੰਗ ਆਪਾਂ ਹਰ ਰੋਜ਼ ਇੱਕ ਦੋ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਾਂ ਸੋ ਉਸੇ ਸਬੰਧ ਵਿੱਚ ਲੈ ਕੇ ਆਏ ਹਾਂ ਜੀ ਨਵੀਂ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬਾ ਦਵੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਰ ਇੱਕ ਵੀਡੀਓ ਬਣਾਉਣ ਲਈ ਕਾਫੀ ਮਿਹਨਤ ਲੱਗਦੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲੇਟੈਸਟ ਇਨਫੋਰਮੇਸ਼ਨ ਦੇ ਲਈ ਆਪਣਾ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਵੀ ਫਾਲੋ ਤੇ ਜੁਆਇਨ ਕਰ ਲਵੋ ਜੀ ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਕਾਫੀ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀਗੇ ਕਿ ਜਿੱਦਾਂ ਹੁਣ ਸਟਾਫ ਨਰਸ ਵੈਰੀਫਿਕੇਸ਼ਨ ਚੱਲ ਰਹੀ ਹੈ ਕਿ ਨੈਕਸਟ ਪ੍ਰੋਸੈਸ ਇਸ ਤੋਂ ਅੱਗੇ ਕੀ ਵੈਰੀਫਿਕੇਸ਼ਨ ਤੋਂ ਬਾਅਦ ਦਾ ਪ੍ਰੋਸੈਸ ਕੀ ਹੋਵੇਗਾ ਠੀਕ ਹੈ ਜੀ ਸੋ ਉਸ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਕੱਲ ਦਾ ਤੇ ਪਰਸੋ ਦਾ ਦਿਨ ਰਹਿ ਗਏ 22 ਤੇ 23 ਤਰੀਕ ਈਡਲੂਐਸ ਅਤੇ ਫਰੀडम फाइਟਰ ਵਾਲਿਆਂ ਦੀ ਵੈਰੀਫਿਕੇਸ਼ਨ ਬਾਕੀ ਆ ਬਾਕੀ ਲਗਭਗ ਜਿਹੜੀ ਉਹਨਾਂ ਨੇ ਲਿਸਟ ਤਿਆਰ ਕੀਤੀ ਸੀਗੀ ਹਨਾ ਡੀਆਰਐਮ ਨੇ ਲਿਸਟ ਅਪਲੋਡ ਕਰੀ ਸੀ ਉਹ ਸਾਰਿਆਂ ਦੀ ਵੈਰੀਫਿਕੇਸ਼ਨ ਹੋਈ ਚੁੱਕੀ ਆ ਸੋ ਇਸ ਤੋਂ ਬਾਅਦ ਜੀ ਦੇ ਆਉਣ ਵਾਲੇ ਕੁਸ਼ਕ ਦਿਨਾਂ 'ਚ ਜਦੋਂ ਤੁਹਾਡੀ ਇਹ ਡਾਕੂਮੈਂਟ ਵੈਰੀਫਿਕੇਸ਼ਨ ਕੰਪਲੀਟ ਹੋ ਗਈ ਹੋਰ ਲਿਸਟ ਆਉਣ ਦੇ ਚਾਂਸ ਬਹੁਤ ਘੱਟ ਆ ਕਿਉਂਕਿ ਜੇ ਆਉਣੀ ਹੁੰਦੀ ਕੋਈ ਲਿਸਟ ਤਾਂ ਆ ਜਾਂਦੀ ਤੇ ਇਹ ਹੁਣ ਜਿਹੜੀ ਫਾਈਨਲ ਲਿਸਟ ਬਣੂਗੀ ਹਨਾ ਉਹ ਥੋੜੇ ਦਿਨਾਂ ਦੇ ਵਿੱਚ 10 ਤੋਂ 15 ਜਾਂ 20 ਦਿਨਾਂ ਦੇ ਵਿੱਚ ਇਹ ਅਪਲੋਡ ਕਰਨਗੇ ਜਿਹੜੇ ਵੈਰੀਫਿਕੇਸ਼ਨ ਦੇ ਵਿੱਚ ਜਿਹੜੇ ਬੱਚਿਆਂ ਦੇ ਡਾਕੂਮੈਂਟ ਕੰਪਲੀਟ ਹੋਣਗੇ ਜਿਨ੍ਹਾਂ 'ਚ ਕੋਈ ਫਾਲਟ ਨਹੀਂ ਹੋਊਗਾ ਜਿਹੜੇ ਮਤਲਬ ਸਾਰਾ ਕੁਝ ਜਿਨ੍ਹਾਂ ਦਾ ਸਹੀ ਹੋਊਗਾ ਤੇ ਉਹਨਾਂ ਦੀ ਲਿਸਟ ਬਕਾਇਦਾ ਥੋੜੇ ਦਿਨਾਂ ਤੱਕ ਅਪਲੋਡ ਹੋਊਗੀ ਸੋ ਉਹ ਜਿਹੜੀ ਨੈਕਸਟ ਲਿਸਟ ਆਊਗੀ ਉਹ ਤਾਂ ਮੰਨ ਲਓ ਵੀ ਜਿਹੜੇ ਉਹਦੇ ਜਿਨ੍ਹਾਂ ਦਾ ਨਾਮ ਉਹ ਲਿਸਟ ਦੇ ਵਿੱਚ ਆ ਗਿਆ ਸਮਝ ਲਿਓ ਵੀ ਉਹਨਾਂ ਦੀ ਜੌਬ ਪੱਕੀ ਹੀ ਹੋਵੇਗੀ ਠੀਕ ਆ ਜੀ ਇਹਨਾਂ ਦੇ ਵਿੱਚੋਂ ਹੀ ਆਊਗੀ ਕਿਉਂਕਿ 1500 ਦੇ ਕਰੀਬ ਬੱਚਾ ਉਹਨਾਂ ਨੇ ਬੁਲਾਇਆ ਸੀਗਾ ਤੇ 922 ਪੋਸਟਾਂ ਨੇ ਜਿਹੜੇ ਨੈਕਸਟ ਲਿਸਟ ਦੇ ਵਿੱਚ ਆਉਣਗੇ ਸੋ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਜੁਆਇਨਿੰਗ ਲੈਟਰ ਵੀ ਮਿਲ ਜਾਣਗੇ ਸੋ ਹੁਣ ਇੱਕ ਰਿਕਵੈਸਟ ਆ ਸਾਰੇ ਹੀ ਕੈਂਡੀਡੇਟਸ ਨੂੰ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਡੇਲੀ ਵੀਡੀਓਜ਼ ਦੇਖਦੇ ਆ ਕਿ ਆਹ ਡਾਕੂਮੈਂਟ ਵੈਰੀਫਿਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਿਹੜੇ ਤੁਸੀਂ ਕੰਟੈਕਟ ਨੰਬਰ ਆਪਣੇ ਪਰਫਾਰਮੇ ਦੇ ਵਿੱਚ ਫਿਲ ਕੀਤੇ ਆ ਜਾਂ ਜਿਹੜੀਆਂ ਜੀਮੇਲਾਂ ਤੁਸੀਂ ਭਰੀਆਂ ਨਿਗੀਆਂ ਉਨ੍ਹਾਂ ਤੇ ਥੋੜੇ 1-2 ਦਿਨ ਬਾਅਦ ਠੀਕ ਹੈ ਜੀ ਉਹਨਾਂ ਨੂੰ ਚੈੱਕ ਕਰਦੇ ਰਹੋ ਨੰਬਰ ਤੇ ਦਾ ਚਲੋ ਕਾਲ ਆਉ ਜਾਂ ਮੈਸੇਜ ਪਰ ਜੀਮੇਲ ਨੂੰ ਜ਼ਰੂਰ ਚੈੱਕ ਕਰਦੇ ਰਹੋ ਪਰ ਹਾਲੇ ਲਿਸਟ ਅਪਲੋਡ ਹੋਊਗੀ ਇੱਕ ਹੋਰ ਇਸ ਤੋਂ ਬਾਅਦ ਫਾਈਨਲ ਲਿਸਟ ਜਿਹਨੂੰ ਕਹਿੰਦੇ ਹੁੰਦੇ ਆ ਜਿਹਨੂੰ ਕਹਿਣਗੇ ਵੀ ਆਫਟਰ ਡਾਕੂਮੈਂਟ ਵੈਰੀਫਿਕੇਸ਼ਨ ਲਿਸਟ ਠੀਕ ਹੈ ਜੀ ਵੀ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਠੀਕ ਆ ਸੋ ਉਸ ਦਾ ਜਿੱਦਾਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਵਾ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਚੈਨਲ ਨਾਲ ਜੁੜੇ ਰਹੋ ਜੀ ਤੇ ਇਸ ਤੋਂ ਬਾਅਦ ਇਹੀ ਪ੍ਰੋਸੈਸ ਹੋਵੇਗਾ ਜਿੱਦਾਂ ਇਹ ਲਿਸਟ ਆਵੇਗੀ ਉਸ ਤੋਂ ਬਾਅਦ ਫਿਰ ਜੁਆਇਨਿੰਗ ਲੈਟਰ ਆਉਣਗੇ ਠੀਕ ਆ ਮਿਲਣਗੇ ਸਤਿ ਤੁਹਾਨੂੰ ਉਹਨਾਂ ਦੀਆਂ ਵੀ ਜਿੱਦਾਂ ਜਿੱਦਾਂ ਪ੍ਰੋਸੈਸ ਹੋਈ ਜਾਊਗਾ ਆਪਾਂ ਨਾਲ ਦੀ ਨਾਲ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ ਸੋ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਸੋ ਇੱਕ ਹੋਰ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਆਪਾਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਸਟਾਫ ਨਰਸ ਆ ਉਹਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਲਈ ਇੱਕ ਅਲੱਗ ਤੋਂ ਪਲੇਲਿਸਟ ਬਣਾ ਰਹੇ ਹਾਂ ਤੇ ਅਲੱਗ ਤੋਂ ਆਪਾਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਮੀਨਸ ਜਿਹੜੇ ਕੁਐਸਚਨ ਹੋਇਆ ਕਰਨਗੇ ਉਹ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤਿਆਰ ਕਰਕੇ ਤੁਹਾਨੂੰ ਉਹਦੇ ਤੇ ਵੀਡੀਓ ਅਪਲੋਡ ਕਰਿਆ ਕਰਾਂਗੇ ਸੋ ਚੈਨਲ ਨੂੰ ਨਾਲ ਜੁੜੇ ਰਹੋ ਰੈਗੂਲਰਲੀ ਸੋ ਆਉਣ ਵਾਲੇ ਜਿੰਨੇ ਵੀ ਸਟਾਫ ਨਰਸ ਦੀਆਂ ਵੈਕੈਂਸੀਆਂ ਜਾਂ ਐਗਜ਼ਾਮ ਹੋਣਗੇ ਉਹਨਾਂ ਦੀ ਆਪਾਂ ਪ੍ਰੈਪਰੇਸ਼ਨ ਕਰਵਾਇਆ ਕਰਾਂਗੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਦਾ ਵੀ ਜਿਹੜੀਆਂ 30 ਪੋਸਟਾਂ ਸੀ ਉਹਨਾਂ ਦਾ ਵੀ ਐਗਜ਼ਾਮ ਆਉਣ ਹੀ ਵਾਲਾ ਹੋਣਾ ਵਾ ਆ ਥੋੜੀ ਜੀ ਵਿੱਚ ਇਲੈਕਸ਼ਨ ਸੀ ਉਹਦੇ ਕਰਕੇ ਉਹ ਡਿਲੇ ਹੋਇਆ ਸੋ ਉਹ ਵੀ ਐਗਜ਼ਾਮ ਆ ਉਹਦੀ ਵੀ ਆਪਾਂ ਪ੍ਰੈਪਰੇਸ਼ਨ ਸਟਾਰਟ ਕਰਵਾ ਰਹੇ ਆ ਥੋੜੇ ਦਿਨਾਂ ਸੋ ਚੈਨਲ ਨਾਲ ਜੁੜੇ ਰਹੋ ਜੀ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਨਵੀਂ ਇਨਫੋਰਮੇਸ਼ਨ ਲੈ ਕੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੇ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲੋ ਸੋ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ ਧੰਨਵਾਦ ਜੀ